ਰਾਜੀਵ ਭਵੇਸ਼ ਜੀ ਅੱਜ ਕੀ ਹੋਇਆ ਜੀ ਉਹਦੇ ਰਾਜਪੁਰੇ ਕਾਰਜਕਰਮੀ ਤੇ ਆਏ ਮੈਨੂੰ ਅੱਜ ਡੀਐਸਪੀ ਕੇ ਵਾਲੇ ਦੀ ਰਹਿਨਮਾਈ ਦੇ ਵਿੱਚ 500 ਕਿਸਾਨਾਂ ਨੇ ਕੁੱਟਿਆ ਮੈਨੂੰ ਮਾਰਿਆ ਡੀਐਸਪੀ ਟਿਵਾਣੇ ਨੇ ਮੈਨੂੰ ਗਲਤ ਪਾਸੇ ਜਾਣ ਕੇ ਭੇਜਿਆ ਮੇਰੇ ਨਾਲ ਕੋਈ ਫੋਰਸ ਨਹੀਂ ਆਈ ਮੇਰੀ ਜਾਨ ਖਤਰੇ ਚ ਹੈ ਮੈਂ ਛੋਟੀ ਜਿਹੀ ਬੰਦ ਰਸੋਈ ਦੇ ਵਿੱਚ 2 ਵਜੇ ਜੋ ਘਿਰਿਆ ਹੋਇਆ ਮੇਰੇ ਨਾਲ ਜ਼ਿਲ੍ਹਾ ਪ੍ਰਧਾਨ ਵਿਕਾਸ ਸ਼ਰਮਾ ਜੀ ਨੇ ਸਾਨੂੰ ਇਹਨਾਂ ਨੇ ਪੰਜਾਬ ਪੁਲਿਸ ਨੇ ਚੜਾਇਆ ਮੈਂ ਗੁਹਾਰ ਕਰਦਾ ਮੈਨੂੰ ਬਚਾਇਆ ਜਾਵੇ ਮੇਰੀ ਜਾਨ ਨੂੰ ਖਤਰਾ ਐਸਐਸਪੀ ਸਾਹਿਬ ਨੂੰ 25 ਫੋਨ ਕਿਤੇ ਚੱਕਿਆ ਨਹੀਂ ਡੀਐਸਪੀ ਟਿਵਾਣਾ ਸੁਣਦਾ ਨਹੀਂ ਡੀਐਸਪੀ ਟਿਵਾਣੇ ਨੇ ਜਾਨ ਕੇ ਮਰਵਾਇਆ ਸਾਨੂੰ ਬੀਜੇਪੀ ਦੇ ਬੰਦਿਆਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਮੇਰੀ ਜਾਨ ਬਚਾਈ ਜਾਵੇ ਆ ਦੇਖੋ ਜੀ ਬਾਹਰ ਕਿਸਾਨ ਸਾਰੇ ਇੱਕ ਰਸੋਈ ਦੇ ਸੋ ਬਿਲਕੁਲ ਆਪਾਂ ਹੱਕ ਸੱਚ ਦੀ ਲੜਾਈ ਲੜ ਰਹੇ ਹਾਂ ਔਰ ਹੱਕ ਸੱਚ ਦੀ ਲੜਾਈ ਚੱਲਦੀ ਰਹੇਗੀ ਅਸੀਂ ਜੋ ਸਾਡਾ ਲੋਕਤੰਤਰਿਕ ਅਧਿਕਾਰ ਹੈ ਅਸੀਂ ਉਹ ਨਹੀਂ ਛੱਡਾਂਗੇ ਪਾਰਟੀ ਦਾ ਕੰਮ ਚੱਲਦਾ ਰਹੇਗਾ ਦੇਖੋ ਜੀ ਸ਼ੀਸ਼ੇ ਭੰਨ ਤੇ ਗੱਡੀ ਦੇ ਜੈ ਸ਼੍ਰੀ ਰਾਮ ਸਾਡੇ ਪ੍ਰਦੇਸ਼ ਮਹਾਂ ਮੰਤਰੀ ਸਾਡੇ ਨਾਲ ਨੇ ਔਰ ਤੀਜੀ ਵਾਰ ਜਾਨਲੇਵਾ ਹਮਲਾ ਹੋਇਆ ਇੱਟਾਂ ਚਲਾਈਆਂ ਸੁਭਾਸ਼ ਜੀ ਨੇ ਗੱਡੀ ਸਾਡੀ ਪੁਲਿਸ ਦੀ ਗੱਡੀ ਤੋੜਤੀ ਔਰ ਮੇਰੇ ਘਰ ਦੇ ਕੰਨ ਤੇ ਖੂਨ ਆ ਰਿਹਾ ਸੁਭਾਸ਼ ਜੀ ਦੇ ਸੱਟ ਵੀ ਲੱਗੀ ਸੰਘਰਸ਼ ਦੇ ਵਿੱਚ ਗੱਡੀ ਦਾ ਸ਼ੀਸ਼ਾ ਟੁੱਟਿਆ ਭੇਜ ਜੀ ਦੇ ਵੀ ਕੰਨ ਤੇ ਮਾਰਿਆ ਉਹਨਾਂ ਨੇ ਅਸੀਂ ਬਿਲਕੁਲ ਡਟ ਕੇ ਖੜੇ ਹਾਂ ਔਰ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਅੰਤਿਮ ਕਸ਼ਣ ਤੱਕ ਪਾਰਟੀ ਵਾਸਤੇ ਆਪਣੀ ਜਾਨ ਦੇਣ ਦੀ ਕੁਰਬਾਨੀ ਦੇਣ ਲਈ ਤਿਆਰ ਹੈ ਔਰ ਅਸੀਂ ਕੋਈ ਇਹਨਾਂ ਨੂੰ ਡਰਨ ਵਾਲੇ ਨਹੀਂ ਹੈ ਔਰ ਅਸੀਂ ਸਾਰੇ ਆਪਣੇ ਪਾਰਟੀ ਦੇ ਕਾਰਜਕਰਤਾ ਨੂੰ ਕਹਿੰਦੇ ਸੰਯਮ ਰੱਖੋ ਆਪਾਂ ਨੇ ਇਸ ਲੜਾਈ ਨੂੰ ਲੰਬੀ ਲੜਨਾ ਔਰ ਅਸੀਂ ਕਿਸੇ ਨੂੰ ਡਰਨ ਦੀ ਜ਼ਰੂਰਤ ਨਹੀਂ ਹੈ ਅਸੀਂ ਕਾਇਮ ਹੈ ਡਟੇ ਹੋਏ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਦੇਖੋ ਜੀ ਪਿੱਛੇ ਗਰਦ ਗਿਆ ਨਹੀਂ ਨਹੀਂ ਕਿਵੇਂ ਨਿਕਲੇ ਉੱਥੋਂ ਬਹੁਤ ਹੀ ਬੁਰਾ ਹਾਲ ਜਿਹੜਾ ਅੱਜ ਪੰਜਾਬ ਸਰਕਾਰ ਦਾ ਹੋਇਆ ਬਹੁਤ ਹੀ ਨਿੰਦਾ ਯੋਗ ਹੈ ਹਜੇ ਵੀ ਕੁਝ ਕਾਰਜਕਰਤਾ ਉੱਥੇ ਫਸੇ ਹੋਏ ਨੇ ਸੁਭਾਸ਼ ਜੀ ਭੁਪੇਸ਼ ਜੀ ਬਹੁਤ ਹੀ ਮੁਸ਼ਕਿਲ ਨਾਲ ਉੱਥੇ ਨਿਕਲੇ ਨੇ ਬਹੁਤ ਹੀ ਤੁਹਾਡਾ ਸਭ ਦਾ ਧੰਨਵਾਦ ਤੁਹਾਡੇ ਸਭ ਦੇ ਆਸ਼ੀਰਵਾਦ ਨਾਲ ਅੱਜ ਅਸੀਂ ਉਰੇ ਬਚ ਕੇ ਉੱਥੋਂ ਨਿਕਲੇ ਹਾਂ